लुधियाना पुलिस ने 135 पेटी अवैध शराब सहित दो व्यक्तियों को काबू किया है। आरोपियों को गुप्त सूचना के आधार पर काबू किया गया, जो चंडीगढ़ से सस्ते भाव पर शराब लाकर लुधियाना में महंगे रेट पर बेचते थे। एसपी समीर वर्मा ने बताया कि चौकी रघुनाथ एनक्लेव की पुलिस ने गुप्त सूचना के आधार पर लुधियाना के साउथ सिटी स्थित नहर के बाड़ेवाल पुल के पास से दो आरोपियों को काबू किया है, जिनमें से एक बोलेरो गाड़ी सहित अलग अलग मार्कों की चंडीगढ़ सेल वाली 135 पेटी शराब बरामद हुई। मौके से दो आरोपियों को काबू किया गया है, जबकि गिरोह का सरगना फरार होने में सफल रहा। उन्होंने बताया कि आरोपी करीब दो महीने से इस धंधे में थे, जिनके आपराधिक रिकॉर्ड की जांच की जा रही है। लुधियाना से नेशनल 18 के लिए प्रदीप भंडारी की रिपोर्ट। अरे देसी है लिख करके सर, करो ब्रेक थोड़ा यार। पागू वो ऊपर से कर दो ना। ਚੀਜ਼ਾਂ ਨਹੀਂ ਲਿਖਿਆ ਜਿਹੜੀ ਹੈ ਚੰਡੀਗੜ੍ਹ ਮੇਡ ਇਲੀਗਲ ਲਿਕਰ ਹੈ ਜਿਹੜੀ ਉਹ ਕਾਬੂ ਕੀਤੀ ਹੈ ਜੀ। 135 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਅਤੇ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਅਤੇ ਇੱਕ ਜਿਹੜਾ ਇਹ ਭੱਜਿਆ ਹੋਇਆ ਅਤੇ ਦੋਨੋਂ ਦੋਸ਼ੀ ਜਿਹੜੇ ਆਪਣੀ ਮਹਿੰਦਰਾ ਪਿਕਅਪ ਵਿੱਚ ਚੰਡੀਗੜ੍ਹ ਕੋਲੋਂ ਉੱਥੋਂ ਇਹ ਇਲੀਗਲ ਲਿਕਰ ਜਿਹੜੀ ਲੈ ਕੇ ਆਉਂਦੇ ਸੀ ਇੱਥੇ ਵੇਚਦੇ ਸੀਗੇ। ਇਹ ਕਾਫੀ ਦੇਰ ਤੋਂ ਕੰਮ ਕਰ ਰਹੇ ਸੀਗੇ ਕੱਲ੍ਹ, ਲੇਕਿਨ ਇਨਫੋਰਮੇਸ਼ਨ 'ਤੇ ਇਹਦੇ 'ਤੇ ਪਹਿਲਾਂ ਕੇਸ ਰਜਿਸਟਰ ਕਰਕੇ ਉਹਨਾਂ ਨੂੰ ਕਾਬੂ ਕੀਤਾ ਤੇ ਬਹੁਤ ਵੱਡੀ ਕਾਮਯਾਬੀ ਹੈ। ਸਰ ਇਹ ਕਿੱਥੋਂ ਦੀ ਦਾਰੂ ਸੀ, ਕਿਹੜੀ ਜਗ੍ਹਾ ਤੋਂ ਲੈ ਕੇ ਆ ਰਹੇ ਸੀ, ਕਿੱਥੇ ਇਹਨਾਂ ਨੇ ਲੈ ਕੇ ਜਾਣਾ? ਇਹ ਸਾਰੀ ਮੈਨੂਫੈਕਚਰਡ ਇਨ ਚੰਡੀਗੜ੍ਹ ਹੈ ਤੇ ਉੱਥੇ ਹੀ ਵੇਚਣ ਵਾਲੀ ਸੀਗੀ, ਫੋਰ ਸੇਲ ਇਨ ਚੰਡੀਗੜ੍ਹ ਦੀ ਸੀਗੀ। ਇਹ ਚੰਡੀਗੜ੍ਹ ਤੋਂ ਹੀ ਲੈ ਕੇ ਇੱਥੇ ਪੰਜਾਬ ਵਿੱਚ ਲੁਧਿਆਣੇ ਵਿੱਚ ਵੇਚਣ ਲਈ ਆ ਰਹੇ ਸੀਗੇ। ਸਰ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਸੀ ਇਸ ਤਰ੍ਹਾਂ? ਇਹ ਹਾਲੇ ਮੁੱਢਲੀ ਤਫਤੀਸ਼ ਤੋਂ ਪਤਾ ਲੱਗਿਆ ਕਿ ਪਿਛਲੇ 2 ਮਹੀਨੇ ਤੋਂ ਕੰਮ ਕਰ ਰਹੇ ਸੀਗੇ, ਬਾਕੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਅੱਗੇ ਤਫਤੀਸ਼ ਕਰਾਂਗੇ ਤੇ ਵਿੱਚ ਪਤਾ ਲੱਗੇ ਤੇ ਲੋਕਲ ਲੁਧਿਆਣੇ ਹੀ ਸਾਰਾ ਵੇਚਦੇ ਸੀਗੇ। ਸਰ ਜਿਹੜੀ ਇਹ ਸੇਲ ਕਰਦੇ ਸੀ ਇਹ ਮੁਹੱਲੇ ਦੇ ਵਿੱਚ ਕਰਦੇ ਸੀ, ਪਿੰਡ ਦੇ ਵਿੱਚ ਕਰਦੇ ਸੀ, ਕਿਤੇ ਆਮ ਇਹਨਾਂ ਨੇ ਵਪਾਰੀ ਰੱਖੇ ਹੋਏ ਸੀ ਅੱਗੇ ਸੇਲ ਕਰਨ ਵਾਸਤੇ? ਇਹ ਅਲੀ ਜਿਹੜੀ ਅਸੀਂ ਜਿਹੜੀ ਤਫਤੀਸ਼ ਅੱਗੇ ਹੁਣ ਰਿਮਾਂਡ ਲੈ ਕੇ ਕਰਾਂਗੇ, ਕਿਉਂਕਿ ਜਿਹੜਾ ਮੇਨ ਦੋਸ਼ੀ ਇਹਦੇ ਵਿੱਚ ਇੱਕ ਜਤਿੰਦਰ ਸਿੰਘ ਉਰਫ ਕਿੰਦੀ ਏਲੀਅਸ ਪੱਪੂ ਉਹ ਭੱਜਿਆ ਹੋਇਆ, ਕਿਉਂਕਿ ਮੇਨ ਵੇਚਣ ਦਾ ਕੰਮ ਜਿਹੜਾ ਉਹ ਕਰਦਾ ਸੀਗਾ। ਉਹਨੂੰ ਜਦੋਂ ਕਾਬੂ ਗ੍ਰਿਫਤਾਰ ਕੀਤਾ ਜਾਵੇਗਾ ਫਿਰ ਅੱਗੇ ਤਫਤੀਸ਼ ਚੱਲੇਗੀ। ਜਿਹੜਾ ਇਹ ਦੋ ਬੰਦੇ ਨੇ ਬਲਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਜਿਹੜੇ ਗ੍ਰਿਫਤਾਰ ਨੇ, ਇਹ 'ਚ ਬਲਵਿੰਦਰ ਸਿੰਘ ਜਿਹੜਾ ਹੈਗਾ ਖੰਨੇ ਦਾ ਰਹਿਣ ਵਾਲਾ ਅਤੇ ਦੂਜਾ ਕੁਲਵਿੰਦਰ ਸਿੰਘ ਇਹ ਫਤਿਹਗੜ੍ਹ ਸਾਹਿਬ ਦਾ, ਅਤੇ ਜਿਹੜਾ ਤੀਜਾ ਭੱਜਿਆ ਹੋਇਆ ਪੱਪੂ ਇਹ ਪਿੰਡ ਚੰਬੜ ਦਾ ਲੁਧਿਆਣੇ ਦਾ ਰਹਿਣ ਵਾਲਾ। ਫੜਿਆ ਕਿੱਥੋਂ ਗਿਆ ਜੀ? ਇਹ ਸਾਡੇ ਚੌਂਕੀ ਰਘੁਨਾਥ ਦੇ ਜਿਹੜਾ ਏਰੀਆ ਉਹਦੇ ਵਿੱਚੋਂ ਫੜੇ ਗਏ। ਹੋਰ ਵੀ ਕੇਸ ਕੋਈ ਇਹਨਾਂ ਦੇ ਹੈਗੇ? ਉਹ ਹੁਣ ਅਸੀਂ ਅੱਗੇ ਵੈਰੀਫਾਈ ਕਰਾਂਗੇ ਰਿਕਾਰਡ ਇਹਨਾਂ ਦਾ ਕਿ ਪੁਰਾਣੇ ਇਹਨਾਂ ਦੇ ਕੋਈ ਹੋਰ ਪਰਚੇ ਹੈਗੇ ਕਿ ਨਹੀਂ। ਠੀਕ ਹੈ, ਅਪਡੇਟਸ ਕੇ ਲਈ ਅਭੀ ਸਬਸਕ੍ਰਾਈਬ ਕਰੇ ਨੈਸ਼ਨਲ 18 ਕਾ ਯੂਟਿਊਬ ਚੈਨਲ, ਬੈਲ ਬਟਨ ਦਬਾਨਾ ਨਾ ਭੁੱਲੇ। ਧੰਨਵਾਦ।